ਅਸਲਾਮ ਵਾਲੇਕੁਮ ਜੀ, ਮੈਂ ਮੁਹੰਮਦ ਅਨਵਰ, ਉਮੀਦ ਕਰਦਾ ਸਾਰੇ ਵੀਰ ਖੈਰ ਖਰੀਆ ਲੜੋਨ ਗੱਲਾਂ ਦੇ ਕਰਨ ਬਹੁਤ ਫਜ਼ਲ। ਅੱਜ ਦੀ ਸਟਾਰਟਿੰਗ ਜਿੰਨਾ ਜਿੰਨਾ ਜਿੰਮਾ ਜਾ ਗਿਆ ਕਿ ਬੜੀ ਅੱਛੀ ਪਰਫੋਰਮੈਂਸ ਹੈ। ਅਸਾਂ ਕੋਲ ਕਣਕ ਪੱਕ ਹੈ ਜੀ, ਅਤੇ ਅੱਜ ਜੁੰਮੇ ਦਾ ਦਿਨ ਹੈ। ਅੱਜ ਅਸੀਂ ਕਣਕ ਨੂੰ ਹੱਥ ਲਾ ਦਿੱਤਾ, ਮਤਲਬ ਮਸ਼ੀਨਾਂ ਸਾਡੀਆਂ ਆਪਣੀਆਂ ਨੇ, ਅਸੀਂ ਕੰਮ ਚਲਾ ਰਹੇ ਹਾਂ। ਅੱਜ ਬੜਾ ਅੱਛਾ ਮੌਸਮ ਵੀ ਹੈ, ਧੁੱਪ ਵਾਹ ਵਾਹ ਲੱਗੀ ਹੈ, ਜਿਹਨੂੰ ਗਰਮੀ ਅਸਲ ਆ ਦਿਨ ਗਰਮੀ ਵੀ ਹੈ। ਅਤੇ ਅਸਾਂ ਦੀ ਆਪਣੀ ਮਸ਼ੀਨ ਲੇਬਰ 'ਤੇ ਅਸੀਂ ਕਣਕ ਕਟਾਈ ਕਰ ਰਹੇ ਹਾਂ। ਅਤੇ ਡਰਾਈਵਰ ਤਾਂ ਅਸੀਂ ਨਹੀਂ ਆਖ ਸਕਦੇ, ਲੇਕਿਨ ਸਾਡਾ ਭਾਈ ਹੈ ਅਤੇ ਅਸੀਂ ਚਾਲਕ ਉਹਦਾ ਤਾਰਫ ਹੀ ਕਰਾਉਂਦੇ ਹਾਂ। ਅਤੇ ਅਸਾਂ ਦੀ ਮਾਸ਼ਾਅੱਲਾ ਮਸ਼ੀਨਾਂ ਲੱਗੀਆਂ ਨੇ, ਤੁਹਾਨੂੰ ਚੱਕ ਰਹੇ ਨੇ, ਪਰ ਮੁਹੰਮਦ ਸਿੰਘ ਨੂੰ ਚੈੱਕ ਕਰੋ ਜੀ। ਆਹ ਬੜੀ ਅੱਛੀ ਕਟਾਈ ਹੋ ਰਹੀ ਹੈ ਜੀ, ਇਹ ਅਸਾਂ ਦਾ ਵਾਲਾ ਸ਼ਰੀਰ ਅਤੇ ਮਾਸ਼ਾਅੱਲਾ ਅੱਛੀ ਕਟਾਈ ਹੋ ਰਹੀ ਹੈ ਜੀ। ਔਰ ਬੜਾ ਅੱਛਾ ਜਿਹਨਾਂ ਕੋਲ ਅਸੀਂ ਮਸ਼ੀਨ ਲੈ ਕੇ ਆਇਆ ਸੀ, ਉਹਨਾਂ ਅੱਛੀ ਪਰਫੋਰਮੈਂਸ ਕੀਤੀ ਸੀ। ਔਰ ਬਟ ਅੱਛੀ ਮਸ਼ੀਨ ਚੱਲ ਰਹੀ ਹੈ, ਔਰ ਕੋਈ ਮਸਲਾ ਮਿਸਾਇਲ ਵੀ ਨਹੀਂ, ਬੜੀ ਅੱਛੀ ਤਰ੍ਹਾਂ ਅਸਾਂ ਕੋਲ ਉਹਨਾਂ ਬਰੇਕ ਲਾਈ ਆ ਕੇ ਉਹਦੀ ਸਾਰੀ ਸਾਰੇ ਕੋਲ। ਇਹ ਜੀ ਜ਼ਿਲ੍ਹਾ ਜੰਗ ਹੈ, ਔਰ ਅੱਗੋਂ ਮੰਡੀ ਸ਼ਾਹ ਜਿਵਣਾ ਇਲਾਕਾ ਪੈਂਦਾ ਹੈ, ਉਸ ਤੋਂ ਅੱਗੇ ਅਸਾਂ ਦਾ ਇਲਾਕਾ ਜਿਹੜਾ ਮੇਨ ਹੈ, ਉਹ ਤੁਹਾਨੂੰ ਅੱਜ ਮੇਨ ਸ਼ਹਿਰ ਦੱਸ ਦੇ ਰਹੀ ਹੈ ਕਿ ਸਰਦਾਰ ਕਾਨੂੰਨੀ ਅਸਾਂ ਦਾ ਪਿੰਡ, ਮਤਲਬ ਪਿੰਡ ਹੈ ਜਿੱਥੇ ਅਸੀਂ ਰਹਿਸ਼ ਹੈ ਸਾਡੀ, ਅਤੇ ਅਸੀਂ ਆਪਣੀ ਖੁਰ ਕਟਾਈ ਕਰ ਰਹੇ ਹਾਂ ਕਣਕ ਗੰਦਮ ਦੀ। ਮਾਸ਼ਾਅੱਲਾ ਅੱਛਾ ਫਸਲ ਵੀ ਹੈ। ਅਤੇ ਹੋਰ ਦੇਖੋ ਕਿ ਰੇਟ ਇਸ ਵਾਰੀ ਕਿ ਬਣਦੇ ਨੇ, ਜੱਟਾਂ ਦੇ ਇਸ ਵਾਰੀ ਹਾਲਾਤ ਤਾਂ ਬੜੇ ਬੁਰੇ ਨੇ, ਪਰ ਚਲੋ ਚੱਕਣੇ ਆ ਯਾਰ ਕੀ ਕਰਦੇ ਨੇ, ਲੇਕਿਨ ਇਸ ਵਜ੍ਹਾ ਤੋਂ ਅਸਲ ਆਪਣਾ ਕੰਮ ਹੈ। ਅਤੇ ਅੱਜ ਦੀ ਵੀਡੀਓ ਦਾ ਕਰਨੇ ਐਂਡ, ਨੈਕਸਟ ਵੀਡੀਓ ਮਿਲਾਂਗੇ, ਤਬ ਤੱਕ ਅੱਲਾ ਹਾਫਿਜ਼।